बाबा ये सब सरकाउंट रिकॉर्ड थोड़े को मनूंगा भी ये आप मानता भी असी पैसे लैके कुछ वकीलों की शह के नाल नकली विआह कर देंगे सी पर कोर्ट जो असली प्रूफ कर देते सी इस झूठे लैटर पैड के आधार के उत्ते इन्होंने एक जाली लैटर पैड बनाया हुआ जी बाबा जी ने ਵਿਆਹ ਕਰਨਾ ਬਿਲਕੁਲ ਜਾਇਜ਼ ਆ ਚਿੱਟੀ ਦਾੜੀ ਹੈ ਤੁਹਾਡੀ ਪਰ ਲਵ ਮੈਰਿਜ ਕਰਕੇ ਲੱਗਦਾ ਨਹੀਂ ਕਿ ਮਾਂ ਪਿਓ ਨਾਲ ਧੱਕਾ ਕਰਦੇ ਵੀ ਆਪਾਂ ਨਹੀਂ ਗਲਤ ਤਾਂ ਗਲਤੀ ਹੋ ਗਈ ਮੇਰੇ ਕੋਲ ਗਲਤੀ ਕਿੰਨੀਆਂ ਗਲਤੀਆਂ ਕਰਦੇ ਇਹ ਤਾਂ ਪੜਦਾ ਪਾਉਣ ਵਾਲੀ ਗੱਲ ਨਾ ਕਿ ਮੈਨੂੰ ਦੱਸਿਆ ਨਹੀਂ ਕਿਸੇ ਨੇ ਮੈਨੂੰ ਪਤਾ ਨਹੀਂ ਪਤਾ ਸਾਰਾ ਕੁਝ ਹੁੰਦਾ ਤੁਹਾਡੇ ਪਰਿਵਾਰ ਨੇ ਦੱਸਿਆ ਵਾ ਆਪਾਂ ਉਹਦੀ ਵੀਡੀਓ ਵੀ ਬਣਾਈ ਆ ਪਰਿਵਾਰ ਤੁਹਾਡਾ ਕਹਿੰਦਾ ਵਾ ਕਿ ਆਪਾਂ ਰੋਕਦੇ ਸੀ ਮੇਨ ਗੱਲ ਮੈਂ ਪੁੱਛਦਾ ਪਿਆ ਕਿ ਲੱਗਦਾ ਨਹੀਂ ਕਿ ਤੁਹਾਡਾ ਇਸ ਤਰ੍ਹਾਂ ਵਿਆਹ ਕਰਵਾਉਣ ਦੇ ਨਾਲ ਉਹ ਮਾਂ ਪਿਓ ਦੇ ਕੀ ਬੀਤਦੀ ਹੋਏਗੀ ਕਿ ਜਿਹਦੇ ਨਾਲ ਕਿਸੇ ਗੁਰਦਾਰੇ ਵਿਆਹ ਨਹੀਂ ਹੋਇਆ ਤੇ ਤੁਸੀਂ ਕਹਤਾ ਮੈਂ ਹਾਮੀ ਭਰਦਾ ਨਹੀਂ ਮੈਂ ਕਰ ਦਿੰਦਾ ਰਵੋ ਤੇ ਜਿਹੜੇ ਵੀ ਹੋਰ ਇਸ ਤਰ੍ਹਾਂ ਦੇ ਹੈਗੇ ਨੇ ਬੰਦੇ ਦੇ ਪੁੱਤ ਬਣ ਜਾਓ ਅਸੀਂ ਨਹੀਂ ਤਾਂ ਡਾਂਗ ਫੇਰਦੇ ਹੁੰਨੇ ਆ ਤੁਹਾਨੂੰ ਮੈਂ ਸੱਚੀ ਗੱਲ ਦੱਸ ਸਿੱਧੀ ਜੀ ਗੱਲ ਆ ਅਸੀਂ ਜੁੱਤੀ ਫੇਰਦੇ ਹੁੰਨੇ ਆ ਭਲਾਰੀ ਨਾਲ ਫਿਰ ਅਗਲੀ ਗੱਲ ਕਰਦੇ ਹੁੰਨੇ ਆ ਇਹਨਾਂ ਨੂੰ ਮੈਂ ਕਿਹਾ ਸੀ ਕਿ ਇੱਥੇ ਜਿਹੜਾ ਪ੍ਰਕਾਸ਼ ਕੀਤਾ ਮਹਾਰਾਜ ਦੇ ਸਰੂਪ ਦਾ ਇਹ ਗਲਤ ਹੈ ਅੰਡਰ ਏਜ ਦੇ ਵੀ ਮੈਰਿਜ ਹੋਈ ਹੈ मैं इन बाबा जी ने बेनती की भी तुम्हें विआह जे कराउंडे जे बिल्कुल गलत आ और बाबा जी ने मैनू अगों कहा भी एक कानून आ ये मैं करा सकता वा इन्होंने बिना कोई जांच पड़ताल करदे विआह कर देंदे सी किसी तरह का कोई कागज पत्र नहीं सी लैंदे मैटर ही नहीं करता भी पिछे कौन आ कौन नहीं आ मुंडा भैया वा कुड़ी सिखां दी आ ये भी इन्हां वास्ते मैटर नहीं सी करदा सिर्फ इत्थे प्रूफ ने ये कहिंदा कि मैं गुरु घर नौकरी करदा सी उत्थे नहीं सी ज़्यादा इनकम तो मैं अपना गुरु घर बना लिया पर यार इतने यदा मतलब ये थोड़ी आ कि सानू रोटी चंगी नहीं मिली असी गुरु बेच देंगे तो गुरुद्वारे के अंदर असी मौजूद हैं जिहड़ा घर दे विच गुरुद्वारा बनाया सी तां परमजीत अकाली साडे नाल मौजूद है सब तो पहला जान लैने कि कारण की रहा तुसी अज इत्थे पहुंचे जे क्योंकि पहला भी काफ़ी बार इस तरह दी कंप्लेंटा लगातार आंदियां रहिंदियां ने जिहड़ियां कंप्लेंट लैके तुसी इत्थे पहुंचे जे पर अज जिहड़े गुरुद्वारे च पहुंचे जे इत्थे की कंप्लेंट है वाहगुरु जी का खालसा वाहगुरू जी की फतेह अज असी गुरद्वारा सिंह सभा कोई हैगा जी प्रेम नगर नज़दीक भट्ठा अमृतसर नेड़े गुरद्वारा रोड़ी साहब सानू इत्थे इलाके दे कुछ मोहतबर वीर ने कल फोन किया तकरीबन शामी कि इत्थे एक निजी गुरु घर बनाया होया किसी बाबे दे वल्लों घर च गुरु साहब के प्रकाश किए हुए ने पर वो गुरु घर नहीं हैगा गुरु घर बनाउण दा जिवें ढकवान च कह लो बनाया रचिया होया वा पर असल च उहनां दा काम आ ਉਹ ਇਹ ਆ ਵੀ ਉੱਥੇ ਉਹ ਦੋ ਨੰਬਰ ਦੇ ਵਿਆਹ ਕਰਦੇ ਨੇ ਦੋ ਨੰਬਰ ਮਤਲਬ ਭਾਵ ਜਿਵੇਂ ਕਿ ਕੁੜੀ ਮੁੰਡਾ ਰਾਜੀ ਨੇ ਬਟ ਬਾਕੀ ਪਰਿਵਾਰਕ ਮੈਂਬਰ ਰਾਜੀ ਨਹੀਂ ਯਾਨੀ ਕਿ ਲਵ ਮੈਰਿਜ ਕੋਰਟ ਲਵ ਮੈਰਿਜ ਸੋ ਕੋਰਟ ਪ੍ਰੋਟੈਕਸ਼ਨ ਵਾਸਤੇ ਇੱਕ ਗੁਰੂ ਘਰ ਦੇ ਲੈਟਰ ਪੈਡ ਦੇ ਉੱਤੇ ਰਜਿਸਟਰਡ ਜਿਵੇਂ ਹੁੰਦਾ ਸਿਸਟਮ ਜਿਵੇਂ ਬਾਬੇ ਤੁਸੀਂ ਜਿਹੜੇ ਕਰਦੇ ਹੋ ਉਹ ਪੂਰੀ ਕਮੇਟੀ ਵੱਲੋਂ ਹੁੰਦਾ ਪ੍ਰੋਸੀਜਰ ਇਹ ਹੁੰਦਾ ਵਾ ਵੀ ਜਿਵੇਂ ਇਹ ਪ੍ਰਧਾਨ ਸਾਹਿਬ ਨੇ ਗੁਰੂ ਘਰ ਸਾਡੇ ਵੀ ਵੀਰ ਸੇਵਾਦਾਰ ਚਿੰਤਨ ਸਿੰਘ ਜੀ ਇਹ ਵੀ ਪ੍ਰਧਾਨ ਨੇ ਗੁਰੂ ਘਰ ਦੇ ਰਜਿਸਟਰਡ ਹੋਣੀ ਚਾਹੀਦੀ ਆ ਪਹਿਲੀ ਗੱਲ ਜਿਹੜੀ ਤੁਹਾਡੀ ਉਹ ਗੁਰੂ ਘਰ ਦੀ ਕਮੇਟੀ ਹੋਵੇ ਜਾਂ ਗੁਰੂ ਘਰ ਹੋਵੇ ਰਜਿਸਟਰ ਚਾਹੀਦਾ ਦੂਜੀ ਗੱਲ ਉਹਦੀ ਪੂਰੀ ਇੱਕ ਵੇਰਵਾ ਹੁੰਦਾ ਕਮੇਟੀ ਦਾ 11 ਮੈਂਬਰੀ 5 ਮੈਂਬਰੀ ਜਿਹ ਚ ਪ੍ਰਧਾਨ ਦੇ ਖਜ਼ਾਨਚੀ ਦੇ ਮੇਬੀ ਵੱਖ ਵੱਖ ਪਰਸਨ ਦੇ ਜਨਰਲ ਸਕੱਤਰ ਦੇ ਸਾਈਨ ਹੁੰਦੇ ਨੇ ਫਿਰ ਉਹ ਅਪਰੂਵਡ ਇੱਕ ਜਿਹੜਾ ਉਹ ਮੰਨਿਆ ਜਾਂਦਾ ਇਹਨਾਂ ਨੇ ਇੱਕ ਜਾਲੀ ਲੈਟਰ ਪੈਡ ਬਣਾਇਆ ਹੋਇਆ ਜੀ ਬਾਬਾ ਜੀ ਨੇ ਨਕਲੀ ਲੈਟਰ ਪੈਡ ਜਿਹੜਾ ਰਜਿਸਟਰਡ ਨਹੀਂ ਹੈਗਾ ਤੇ ਇਹ ਵਿਆਹ ਕਰਦੇ ਨੇ ਜਿਹੜੇ ਉਹ ਇਸ ਤਰ੍ਹਾਂ ਵੀ ਜਿਵੇਂ ਕੁੜੀ ਮੁੰਡਾ ਆ ਗਏ ਦੋਵੇਂ ਹੁਣ ਇੱਥੇ ਇੱਕ ਰਜਿਸਟਰ ਲਾਇਆ ਜਾਂਦਾ ਵਾ ਗੁਰੂ ਘਰ ਦੇ ਵਿੱਚ ਜਿੱਥੇ ਜਦੋਂ ਵਿਆਹ ਕੀਤਾ ਜਾਂਦਾ ਉੱਥੇ ਰੂਲ ਇਹ ਆ ਕੋਰਟ ਦਾ ਵੀ ਰੂਲ ਆ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਹੁਕਮ ਅਤੇ ਮਰਿਆਦਾ ਵੀ ਇਹ ਆ ਵੀ ਜੇ ਕੁੜੀ ਆ ਅਤੇ ਨਾਲ ਮੁੰਡਾ ਵਾ ਅਤੇ ਉਹਨਾਂ ਦੋਵਾਂ ਦਾ ਵਿਆਹ ਜਦੋਂ ਕਰਨਾ ਵਾ ਉਦੋਂ ਦੋਵੇਂ ਧਿਰਾਂ ਦੇ ਮਾਪੇ ਜੇ ਮਾਪੇ ਨਹੀਂ ਹੈਗੇ ਗੁਰਿਸ਼ਤੇਦਾਰ ਚਾਹੀਦੇ ਨੇ ਨਾਲ ਉਹਨਾਂ ਦੇ ਪ੍ਰੂਫ ਲੱਗਦੇ ਨੇ ਜੇ ਉਹਨਾਂ ਦੇ ਜੇ ਮਾਂ ਪਿਓ ਨਹੀਂ ਹੈਗਾ ਡੈਥ ਸਰਟੀਫਿਕੇਟ ਚਾਹੀਦਾ ਜੇ ਜਿਉਂਦੇ ਨੇ ਫਿਰ ਆਈ ਡੀ ਪ੍ਰੂਫ ਇੱਕ ਪਿਓ ਜਾਂ ਇੱਕ ਮਾਂ ਜਾਂ ਉਧਰੋਂ ਇੱਕ ਪਿਓ ਜਾਂ ਇੱਕ ਮਾਂ ਚਾਹੀਦਾ ਚਾਹੀਦਾ ਇਹ ਲਾਜ਼ਮ ਆ ਜਾਂ ਭਰਾ ਇੱਕ ਲਾਜ਼ਮ ਆ ਇਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਨਹੀਂ ਸੀ ਕੀਤਾ ਜਾਂਦਾ ਇਹਨਾਂ ਦੇ ਵੱਲੋਂ ਪੈਸੇ ਲੈ ਕੇ ਕੁਝ ਵਕੀਲਾਂ ਦੀ ਮਿਲੀ ਭੁਗਤ ਦੇ ਨਾਲ ਜਿਨ੍ਹਾਂ ਦੇ ਵਿੱਚੋਂ ਕੁਝ ਵਕੀਲਾਂ ਦਾ ਜਿਹੜਾ ਸਾਨੂੰ ਹੁਣ ਤੱਕ ਇੱਥੇ ਜਨਤਕ ਹੋਇਆ ਉਸ ਵਕੀਲ ਦਾ ਨਾਂ ਹੈਗਾ ਸ਼ਿਵਮ ਜੀ ਉਹਦੇ ਨਾਲ ਮੇਰੀ ਗੱਲ ਵੀ ਹੋਈ ਆ ਹੁਣ ਉਹ ਫੋਨ ਕੱਟ ਕੇ ਭੱਜ ਗਿਆ ਰਿਕਾਰਡਿੰਗ ਆ ਸਾਡੇ ਕੋਲ ਇੱਕ ਇੱਥੋਂ ਦਾ ਕੋਈ ਇਲਾਕੇ ਦਾ ਪਰਵਿੰਦਰ ਸਿੰਘ ਸ਼ਾਹ ਆ ਕੋਈ ਜੀ ਜਿਹੜਾ ਕੋਈ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਜਿਹੜਾ ਵੀ ਮਰਜ਼ੀ ਹੋਵੇ ਆਪਾਂ ਉਹ ਜਾਣਾ ਹਾਂ ਦੁਕੀ ਤੇ ਕੀ ਪ੍ਰਧਾਨ ਹੋਊਗਾ ਜੀ ਉਹ ਇਹ ਲੋਕ ਰਲ ਕੇ ਇੱਕ ਇਹਨਾਂ ਨੇ ਪੂਰਾ ਸਿਸਟਮ ਬਣਾਇਆ ਹੋਇਆ ਸੀਗਾ ਤੇ ਜਿਹਦੇ ਵਿੱਚ ਇਹ ਵਿਆਹ ਕਰਦੇ ਸੀ ਵੱਡੀ ਚੀਜ਼ ਕੀ ਸੀ ਵੀ ਵਿਆਹ ਇਸ ਤਰ੍ਹਾਂ ਨਹੀਂ ਵੀ ਕੋਈ ਲੋਕਲ ਆ ਗਿਆ ਕੋਈ ਭਾਜੀ ਭਿਖਿੰਡੋਂ ਆ ਰਿਹਾ ਕੋਈ ਗੁਰਦਾਸਪੁਰੋਂ ਆ ਰਿਹਾ ਕੋਈ ਤਰਨਤਾਰਨੋਂ ਆ ਰਿਹਾ ਕੋਈ ਉੱਥੇ ਗੁਰਦੁਆਰੇ ਨਹੀਂ ਹੈਗੇ ਸੀ ਜਿਹੜਾ ਇੱਥੇ ਵਿਆਹ ਕਰਦਾ ਭਾਜੀ ਉੱਥੇ ਕਰਨਾ ਨਹੀਂ ਨਾ ਕਿਸੇ ਨੇ ਲੀਗਲੀ ਨਹੀਂ ਕਰ ਸਕਦੇ ਨਾ ਕੋਈ ਕੌਂ ਪੰਗਾ ਲਊਗਾ ਪਰਚਾ ਕਰਾਉਣਾ ਕਿਸੇ ਨੇ
क्योंकि बेशक ये जो जाली सर्टिफिकेट कोर्ट च लै गए, कोर्ट ने थोड़ी वेरीफाई करना होना भी विआह जाली करके आए ने, गुरु घर पैसे दे करके आए ने, उन्होंने कोर्ट ने सर्टिफिकेट वेखना, वकील ने वो दे के ला के प्रोडक्शन वारंट लै देनी है कुड़ी मुंडे नूं। हुण इत्थे प्रॉब्लम जिहड़ी सब तो वड्डी आ भी इन्हां ने बिना कोई जांच पड़ताल करदे विआह कर देंदे सी, किसी तरह का कोई कागज़ पत्र नहीं सी लैंदे। बाबा ये सब सरकौन रिकॉर्ड आ तुहाडे कोल मन्नूंगा भी ये आप मानदा भी असीं पैसे लैके कुछ वकीलों की शह दे नाल नकली विआह कर देंदे सी, पर कोर्ट चुनाव असली प्रूफ कर देंदे सी वो इस झूठे लैटर पैड के आधार के उत्ते। बिल्कुल मैं तुहाडे को फिर आना बाबा जी, तुसीं अपना नाम दसो जरा। सुरिंदर सिंह जी। सुरिंदर सिंह जी, वैसे दिल से हाथ रख के दसो कि गल चंगी है, विआह करना बिल्कुल जायज़ आ, चिट्टी दाड़ी है तुहाडी, पर लव मैरिज करके लगता नहीं कि माँ प्यो ना धक्का करते भी? आप नहीं, गलत तो गलती हो गई मेरे को। मैनूं दस्सिया नहीं किसी ने, मैनूं पता नहीं, पता सारा कुछ हुंदा तुहाडे परिवार ने दस्सिया वा, ओहदी वीडियो भी बनाई है परिवार तुहाडा, कहिंदा वा कि आपां रोकदे सी तुहाडे इलाके दे कौंसलर जिहड़े ने ओह वी रोकदे। वकील पता की आंदे, आंदे वी इह कानून बन चुका वी बालक जिहड़े ने ओह विआह अपनी मर्जी नाल करा सकदे, मैं तां मैं कर सकदा विआह नहीं कर सकदे ने, पर मेन गल मैं पुछदा पिया कि लगदा नहीं कि तुहाडा इस तरह विआह करवाण दे नाल ओह मां प्यो ते की बीतदी होएगी कि जिहदे नाल किसे गुरद्वारे विआह नहीं होया ते तुसीं कहता मैं हामी भरदा नहीं मैं कर दिंदा रवो ते। नहीं होर वी गुरद्वारे हैगे ना, मैं मैटर ही करता पिछे कौन आ कौन नहीं आ, मुंडा भैया वा कुड़ी सिखा दी आ, ये भी इन्होंने मैटर नहीं करता, कोई प्रूफ ने। सब तो वड्डी गल जो एक रूल आ, उस रूल नूं फॉलो करना बनता सी। सो चलो अज रह विचार इलाके दे साबका कौंसलर साहब ने, मोतवर पतवंदे सज्जन ने, जिन्हां ने सानू इनफॉर्मेशन दित्ती सी, संगत जिहड़ी इलाके दी आई है सारे बंदिया ने मन्निया, ईवन असीं पहलां सारा वेरीफाई कीता आड़ गुआंढ तों भी इत्थे दो नंबर दे विआह करदे सी। अज असीं इत्थे पहुंचे आ, असीं इन्हां दे खिलाफ लिखती शिकायत भी देवांगे, जिहड़े भी वकील होणगे सारे, पहलां असीं वेरीफाई कर लईए सारा, क्योंकि उह बंदा इक ही साडे कोल कंट्रोल च आया, बाकी हाथ च नहीं आए साडे, असीं उह सारे बंदे सारा जाल जिहड़ा हैगा वो करन तो बाद, पर उस तो पहला जिहड़ा असीं काम करना वो साडे वास्ते आ, असीं गुरु साहब दे सरूप जिहड़े ने सुभाए माने इत्थे उन्होंने असीं अज दा श्रोमणी कमेटी दफ्तर बंद आ वड्डी चीज़। 15 साल पहला इन्हें निजी स्थान जगह इहदी अपनी प्रॉपर्टी आ, इहदे नां दे प्रॉपर्टी आ, ये कहिंदा कि मैं गुरु घर नौकरी करदा सी, उत्थे नहीं सी ज़्यादा इनकम, सो मैं अपना गुरु घर बना लिया। हाँ चलो जिवें ग्रंथी सिंघां नाल माड़ा ट्रीट किया जाता यह भी कह सकते, मान लिया भी हाँ साचा कमेटियां गुरु घर ग्रंथियां का सत्कार नहीं करदियां, पैसे घट देंदियां ने, पर यार इत्थे इहदा मतलब ये थोड़ी आ भी सानूं रोटी चंगी नहीं मिली, असीं गुरु बेच देंगे, असीं गुरु बेचता ना हिसाब नाल पैसे लैके, गुरु साहब का सत्कार थोड़ी रहिंदा जी। जी असल च जिहड़े ग्रंथी सिंह आ ना, इन्हां नूं इज्जत माण क्यों नहीं मिलता? क्योंकि इन्हां दी संथिया नहीं हैगी, बाणी नहीं शुद्ध हुंदी, इन्हां नूं तां जुत्तियां पैंदियां वा, क्योंकि ये बाणी हाँ, क्योंकि जे जीवन वाला होवे ना संथिया लई होवे बाणी शुद्ध होगी, गुरु साहब कृपा आप करदे आ, ये लोग 2-2.5 हज़ार दे विच नौकरियां करदे आ, ते असल च जिहड़े प्रधान आ गुरुद्वारे साहिब दे उन्हां नूं वी ये चीज़ां दा ध्यान रखना चाहिए वा, जदों भी ग्रंथी सिंह उन्हां नूं पहलों वेखण कि संथिया लई इहने बाणी दा किन्ना क ज्ञान आ, फिर असल हाँ सारा इस करके बिगड़िया पिया वा, नहीं तो बहुत वधिया जिहड़े ग्रंथी सिंह साडे को गुरद्वारा कलगीधर जहानगर के ग्रंथी सिंह साडे ग्रंथी सिंह आपां नूं पुछ के वेखो तुसीं उहनां नूं साडे बारे। बिल्कुल बिल्कुल सही गल है कि ताणा बाणा कितें ना कितें खराब नज़र आ रहा बाबा जी जिस तरीके। चलो वो एक विशा वखरा वा, ग्रंथ सिंघां दी जिहड़ी वेखो आर्थिक हालत आ मुद्दा वा कि विशा वखरा, असीं खड़दे हां सारी संगत जाणदी आ सानूं, असीं ग्रंथ सिंघां नाल खड़दे हां, किसी का घर बनने वाला होंगे घर बनाने, जिते किसी तनखाह घट होंगी कमेटी का लड़के, जिते अज भी जी ये गुरु घर ग्रंथी ने प्रबंधक ने उतों की कमेटी पहला बहुत माड़ी सी, ग्रंथी का सरकार नहीं सी हैगा, प्रबंध चंगा नहीं सी, सो बदलते हैं, कोशिश करते हैं अपने भरावान ना खड़ते हैं, सानू पता साडे भरा ने, पर मतलब यह नहीं है भी मान लो अज मैनू रोटी नहीं मिल रही, मेरे घर आटा नहीं है तो मैं गुरु बेच दूंगा अपना, ये तो नहीं कर सकते, गुरु मुखा ना। सो दूजी गल भी अच मुक की गल है वीर जी भी असं तुम आए हो, धन्यवाद, असं इन गलू जनतक नहीं करना चाहते, पर जनतक तो कर रहे हैं भी जेडे भी होर इस तरह के है ने बंदे के पुत बन जाओ, बहुत वधिया गल आ, असं अज इस बुरग जी लानत भी नहीं पाई, साडा जमीर नहीं मनिया, क्योंकि बजुर्ग आ दाड़ा प्रकाश आ साडे प्यों तो वध उम्र मेरी तो, असी नहीं तो डांग फेरते होंने, तुम मैं सच्ची गल सीधी जी गल आ, असी जुत्ती फेरते होंने पहला रीह नाल फिर अगली गल करते होंने, पर सत्कार है इस बजुर्ग का इस बाणे के बरू ए सरूप करके, पर असी अच्छ सरूप इतों गुरु साहब के जिहड़े ने
इतों लै जाने ने। साबका कौंसलर जी तुम पहला कभी इन्होंने वाल पहुंचे समझाया इन्हों कि ना इस तरह किया जाए गलत वा या फिर नहीं? मैं अज तो 7-8 साल पहले जो इतने शुरू होया काम महाराज का सरूप जोड़ा हमने जानते वीडियो बनानी वो कमरा देखना उस कमरे च इन्होंने सरूप रखा से जो मैं पहली बार अंदर आया और वो अंदर ही मंजा लाया पर्दा ला के पहले बोल लो मैं खुद इतों का मैनू इतने 1984 का इतने रह रहा मैं 97 च मैडम सी वाइफ कौंसलर बेटी सी भावना कौंसलर उस तो बाद मैं कौंसलर बनया आफ्टर आल असी 4 दफा इतने रहे हैं 4 दफा लोग प्यार करते तो रहे अब परमिंदर शाह जो बाहर कढ़िया पलविंदर शाह ये मेन गुरुद्वारे जाता हूँ सी मत्था टेक ये उत्थे ही जनानी एक सी दो बच्चे की माँ वो होमगार्ड से हसबैंड वो रोंदा मर गया उसकी जनानी लैके दौड़ गया जी उन्हें भी 2 नंबर का विआह इत्थे कीता सी इन्हां नूं मैं कहा सी कि इत्थे जिहड़ा प्रकाश किया महाराज सरूप का ये गलत है जो अपने गुरु नानकपुरे च इन्ना वड्डा गुरुद्वारा है सिंह सभा का सारे लोग उत्थे जाओ इत्थे इन्हां नूं मैनूं पता लगा सी कि रात 10-10 बजे लोगों के 2 नंबर के विआह करते छोटिया अंडर एज के भी मैरिज हुई हैं ਉਹਦਾ ਪ੍ਰੂਫ ਹੈ ਨਹੀਂ ਇਹਦੇ ਕੋਲ ਦੇਖੋ ਸਭ ਤੋਂ ਪਹਿਲੇ ਜਦੋਂ ਵੀ ਮੈਰਿਜ ਹੁੰਦੀ ਹੈ ਨਾ ਗੁਰਦੁਆਰਾ ਸਾਹਿਬ 'ਚ ਕੌਂਸਲਰ ਕੋਲ ਇੱਕ ਲੈਟਰ ਪੈਡ ਆਉਂਦਾ ਉਹਨਾਂ ਦਾ ਪ੍ਰਫਾਰਮਾ ਛਪਿਆ ਅੱਜ ਕੱਲ੍ਹ ਜਿਹੜੇ ਰਜਿਸਟਰਡ ਗੁਰਦੁਆਰੇ ਆ ਉਹਦੇ 'ਤੇ ਇੱਕ ਸਾਈਡ 'ਤੇ ਲੜਕੀ ਦੀ ਫੋਟੋ ਲੱਗੀ ਹੋਏਗੀ ਲੜਕੇ ਦੀ ਉਹਦੇ ਥੱਲੇ ਪੇਰੈਂਟਸ ਦੇ ਸਾਈਨ ਗੁਰਦੁਆਰਾ ਸਾਹਿਬ ਪ੍ਰਧਾਨ ਦੇ ਸਾਈਨ ਫਿਰ ਥੱਲੇ ਪ੍ਰਫਾਰਮਾ ਬਣਿਆ ਉੱਥੇ ਕੌਂਸਲਰ ਉਹਨੂੰ ਟੈਸਟ ਕਰੇਗਾ ਕਿ ਹਾਂ ਮੈਂ ਇਸ ਲੜਕੀ ਨੂੰ ਜਾਣਦਾ ਮੇਰੇ ਏਰੀਏ ਦੀ ਉਹ ਲੜਕੀ ਹੋਏਗੀ ਲੜਕਾ ਤਾਂ ਨੈਚੁਰਲੀ ਦੂਜੇ ਏਰੀਏ ਦਾ ਹੋਏਗਾ ਜਿਹੜੀ ਪ੍ਰਤੀਕਿਰਿਆ ਹੋਣੀ ਚਾਹੀਦੀ ਆ ਉਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਸੀ ਪਰ ਹੁੰਦਾ ਨਹੀਂ ਇੱਥੇ ਪਿਆ ਇੱਥੇ ਕੁਝ ਵੀ ਨਹੀਂ ਆ ਇੱਥੇ ਬਿਲਕੁਲ ਕੁਝ ਨਹੀਂ ਸਾਰਾ 2 ਨੰਬਰ ਦਾ ਕੰਮ ਸੀ ਜਿਹਦੇ ਕਰਕੇ ਸਾਡੇ ਧਰਮ ਨੂੰ ਜਿਹੜਾ ਇੱਥੇ ਬਦਨਾਮ ਕਰਦੇ ਆ ਇਹੋ ਜਿਹੇ ਲੋਕ ਬਦਨਾਮ ਕਰਦੇ ਆ ਬਿਲਕੁਲ ਬਿਲਕੁਲ ਭਾਜੀ ਕੀ ਨਾਮ ਕੀ ਆਪਣਾ ਤੁਸੀਂ ਇੱਥੇ ਇਲਾਕੇ 'ਚ ਰਹਿੰਦੇ ਜੀ ਮੇਰਾ ਨਾਮ ਸਵਪਨਦੀਪ ਸਿੰਘ ਹੈ ਜੀ ਮੈਂ ਕੋਟ ਖਾਲਸਾ ਰਹਿੰਦਾ ਹਾਂ ਅੱਛਾ ਜੀ ਤੇ ਕੋਈ ਲੜਕੀ ਪਰਿਵਾਰ ਸੀ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਸੀ ਵੀ ਸਾਡੀ ਬੇਟੀ ਦਾ ਨਾ ਇਦਾਂ ਮੈਰਿਜ ਉਹਨੇ ਕਰਵਾ ਲਈ ਹੈ ਕਿਤੇ ਜਦੋਂ ਮੈਂ ਉਹਨਾਂ ਦਾ ਸਰਟੀਫਿਕੇਟ ਵੇਖਿਆ ਨਾ ਲੜਕੀ ਦੇ ਜਿਹੜਾ ਉਹਨਾਂ ਨੇ ਸੈਂਡ ਕੀਤਾ ਉਹਦੇ ਉੱਤੇ ਬਿਲਕੁਲ ਹੀ ਉਹ ਜਾਲੀ ਸਰਟੀਫਿਕੇਟ ਛਾਪਿਆ ਇਹਨਾਂ ਨੇ ਨਾ ਕਿਸੇ ਪ੍ਰਧਾਨ ਦੇ ਸੈਨ ਨਾ ਕੋਈ ਗੁਰਦੁਆਰਾ ਰਜਿਸਟਰਡ ਸੀ ਇਹ ਅਤੇ ਮੈਂ ਉਹ ਸਰਟੀਫਿਕੇਟ 'ਤੇ ਜਦੋਂ ਐਡਰੈਸ ਵੇਖਿਆ ਤਾਂ ਮੈਂ ਇੱਥੇ ਤੱਕ ਪਹੁੰਚ ਕੀਤੀ ਅਤੇ ਵੇਖਿਆ ਵੀ ਇੱਥੇ ਤਕਰੀਬਨ ਜਿਹੜਾ ਰਜਿਸਟਰ ਇਹਨਾਂ ਨੇ ਲਾਇਆ ਕਾਪੀ ਇੱਕ ਘਰੋਂ ਜਿੱਤੇ ਉੱਤੇ ਲਿਖਿਆ ਇਹਨਾਂ ਨੇ ਉਹਦੇ ਵਿੱਚ ਤਕਰੀਬਨ ਜਿਹੜੇ ਵਿਆਹ ਨੇ ਸਾਰੇ ਇੱਦਾਂ ਨੇ ਹੈ ਕੋਈ ਲੜਕੀ ਮੈਂ ਕਹਿੰਦਾ ਗੱਲ ਕਰਦੇ ਕਰਦੇ ਆਪਾਂ ਨਾਲ ਉੱਧਰ ਚੱਲਦੇ ਹਾਂ ਜਿੱਧਰ ਸਰੂਪ ਰੱਖਿਆ ਹੋਇਆ ਸੀ ਇਹ ਬਹੁਤ ਸਾਰੀਆਂ ਲੜਕੀਆਂ ਦੇ ਇਹਨਾਂ ਨੇ ਇਦਾਂ ਹੀ ਝੂਠੇ ਵਿਆਹ ਜਿਹੜੇ ਮਤਲਬ ਵੀ ਜਿਨ੍ਹਾਂ ਨੂੰ ਤੁਸੀਂ ਲਵ ਮੈਰਿਜਾਂ ਕਹਿ ਸਕਦੇ ਜੇ ਜਿਹਦੇ ਵਿੱਚ ਮਾਂ ਬਾਪ ਸਹਿਮਤ ਨਹੀਂ ਆ ਉਹ ਇਹਨਾਂ ਨੇ ਮਤਲਬ ਵਿਆਹ ਇੱਥੇ ਕਰਵਾਏ ਆ ਸਾਰੇ ਅਤੇ ਉਹ ਜਿੱਦਾਂ ਇਹ ਵਿਆਹ ਤਾਂ ਕਰਵਾ ਦਿੰਦੇ ਆ ਪਰ ਉਹ ਜਿਹੜਾ ਵਿਆਹ ਵਾ ਉਹ ਕਮ ਸੇ ਕਮ 1-2 ਮਹੀਨੇ ਬਾਅਦ ਉਹਦਾ ਰਿਜ਼ਲਟ ਜਿਹੜਾ ਉਹਨਾਂ ਦੇ ਮਾਂ ਬਾਪ ਨੂੰ ਭੁਗਤਣਾ ਪੈਂਦਾ ਉਹ ਜਿਹੜਾ ਇਹ ਸਿਰਫ ਕੱਲਾ ਕਮਰਾ ਹੁੰਦਾ ਸੀ ਇਸ ਕਮਰੇ ਦੇ ਵਿੱਚ ਹੁੰਦਾ ਕੱਲਾ ਇਹ ਬਾਅਦ ਚ ਬਣਿਆ ਸਾਹਮਣੇ ਵੀ ਇਹ ਕੁਛ ਨਹੀਂ ਹੁੰਦਾ ਇਹ ਕਮਰਾ ਇੱਥੇ ਹੀ ਸੌਂਦੇ ਸੀ ਇੱਥੇ ਸਰੂਪ ਸੀ ਤਾਂ ਬਿਲਕੁਲ ਹਜੇ ਵੀ ਦੇਖੋ ਸੁੱਤੇ ਪਏ ਨੇ ਤਾਂ ਲਾਗੇ ਸਰੂਪ ਹੈ ਬਿਲਕੁਲ 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 ਕੰਟੀਨਿਊ ਰੱਖੋ ਅੱਗੇ ਮੈਂ ਇਹਨਾਂ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਇਹ ਵਿਆਹ ਜਿਹੜੇ ਕਰਾਉਂਦੇ ਜੇ ਬਿਲਕੁਲ ਗਲਤ ਆ ਔਰ ਬਾਬਾ ਜੀ ਨੇ ਮੈਨੂੰ ਅੱਗੋਂ ਕਿਹਾ ਵੀ ਇਹ ਕਾਨੂੰਨ ਆ ਇਹ ਮੈਂ ਕਰਾ ਸਕਦਾ ਵਾਂ ਮੈਂ ਫਿਰ ਇਹਨਾਂ ਕੋਲ ਰਜਿਸਟਰ ਜਿਹੜਾ ਸੀ ਉਹ ਖੋਲ੍ਹਿਆ ਅਤੇ ਪਰਮਜੀਤ ਸਿੰਘ ਕਾਲੀ ਹੋਣਾ ਨੂੰ ਮੈਂ ਪਹੁੰਚ ਕੀਤੀ ਅਟਾਰੀ ਸਾਹਿਬ ਤੋਂ ਇਹਨਾਂ ਦਾ ਨੰਬਰ ਲੈ ਕੇ ਇਹਨਾਂ ਨੂੰ ਮੈਂ ਦੱਸਿਆ ਅਤੇ ਅੱਜ ਉਹ ਕਾਰਵਾਈ ਜਿਹੜੀ ਆ ਬਿਲਕੁਲ ਸਹੀ ਹੋਈ ਆ ਬਿਲਕੁਲ ਇਹ ਗੁਰੂ ਸਾਹਿਬ ਦਾ ਮਤਲਬ ਸਤਿਕਾਰ ਨਹੀਂ ਇੱਥੇ ਬਿਲਕੁਲ ਨਹੀਂ ਤਾਂ ਬਿਲਕੁਲ ਦੇਖੋ ਇਹ ਕਮਰਾ ਵਾ ਇਹ ਇਸ ਕਮਰੇ ਦੇ ਵਿੱਚ ਸਰੂਪ ਹੁੰਦਾ ਸੀ ਇਹ ਵਿੱਚ ਰਸੋਈ ਆ ਦੇਖੋ ਇਹ ਰਸੋਈ ਹੈ ਨਾਲ ਬੈੱਡ ਲੱਗੇ ਨੇ ਤਾਂ ਇੱਧਰ ਪਾਸੇ ਕਿਹਾ ਜਾਂਦਾ ਕਿ ਸਰੂਪ ਰੱਖੇ ਹੁੰਦੇ ਸੀ ਤਾਂ ਵੱਡੀ ਗੱਲ ਹੈ ਕਿ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਕਿ ਕਿਉਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਰੁਕਦੀਆਂ ਨਹੀਂ ਪਈਆਂ ਰੁਕਣ ਦਾ ਨਾਮ ਕਿਉਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਲੈ ਰਹੀਆਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਇਹ ਸਾਂਝੀਆਂ ਕੀਤੀਆਂ ਨੇ ਜਿਹੜੀਆਂ ਕਿ ਦੁੱਖਦਾਈ ਤਸਵੀਰਾਂ ਨੇ ਸਰ ਥਾਣੇ ਹਾਜ਼ਰਾਂ ਫਲੈਂਗ ਡਿਊਟੀ ਦੇ ਸੰਬੰਧ ਵਿੱਚ ਅਤੇ ਫੋਨ ਆਇਆ ਸਾਨੂੰ ਜੀ ਮੁਨਸੀ ਨੇ ਦਿੱਤਾ ਫੋਨ ਨੰਬਰ ਕਹਿੰਦੇ ਵੀ ਪ੍ਰੇਮ ਨਗਰ ਜਾ ਕੇ ਅਤੇ ਪਤਾ ਕਰੋ ਉੱਥੇ ਮਤਲਬ ਵੀ ਕੋਈ ਗੱਲ ਹੋਈ ਆ ਇਹ ਮੈਨੂੰ ਇੱਥੇ ਆਣ ਕੇ ਪਤਾ ਲੱਗਾ ਵੀ ਇਹ ਜਿਹੜਾ ਗੁਰਦੁਆਰਾ ਹੈਗਾ ਆਪਣਾ ਸੁਰਿੰਦਰ ਸਿੰਘ ਸਿੰਦਾ ਬਾਬਾ ਹੈਗਾ ਇਹ ਮਤਲਬ ਵੀ ਵਿਆਹ ਕਰਦਾ ਮਤਲਬ ਵੀ ਬਾਹਰੋਂ ਜਿਹੜੇ ਆਉਂਦੇ ਕਈ ਮਤਲਬ ਵੀ ਕਈ ਨਜਾਇਜ਼ ਤੌਰ 'ਤੇ ਵੀ ਕਰਾ ਲੈਂਦੇ ਹੈਗੇ ਜਿੱਦਾਂ ਮਤਲਬ ਵੀ ਇੱਥੇ ਆਣ ਕੇ ਪਤਾ ਲੱਗਾ ਜੀ ਇੱਥੇ ਆਣ ਕੇ ਪਤਾ ਲੱਗਾ ਸਾਨੂੰ ਇਹ ਬਾਬਾ ਜੀ ਆਏ ਹੈਗੇ ਸਿੱਖ ਯੂਥ ਪਾਵਰ ਆਫ ਪੰਜਾਬ ਇਹਨਾਂ ਦੇ ਮੁਖੀ ਹੈਗੇ ਭਾਈ ਪਰਮਜੀਤ ਸਿੰਘ ਜੀ ਇਹਨਾਂ ਨਾਲ ਗੱਲਬਾਤ ਹੋ ਗਈ ਸਾਡੀ ਸਾਰੀ ਐਸ ਐਚ ਓ ਸਾਹਿਬ ਨੂੰ ਇਨਵਾਈਟ ਕੀਤਾ ਜੀ
बाकी वेखो हम गाड़ी प्रोग्राम जो होगा कार्रवाई की जाएगी नहीं सर अजे कार्रवाई कोई नहीं जी जिन्ना चेर लिखती नहीं देंगे उन्ना चेर कार्रवाई कोई नहीं जी तो बिल्कुल ये हैं पुलिस अधिकारी जिन्हों वालों कहा गया कि सानू बुलाया गया तो असं इतने मौके पर पहुंचे कि माहौल कोई खराब ना हो पाए इस वजह करके इतने पुलिस अधिकारी जड़े ने वह पहुंचे ने पर वड्डी गल है कि इस तरह दिया घटनावां ने लगातार सिर चुकदिया पई ने जेकर कोई सख्त एक्शन ना लिता गया तो इस तरह दिया घटनावां पूरे पंजाब दे विच लगातार नज़र आनगियां पर हुण जिहड़े सिख जथेबंदियां जिहड़ियां निहंग सिंह जथेबंदियां इत्थे पहुंचियां ने उन्हां वल्लों कहा गया कि यह जिहड़ा सरूप है इहनूं गुरद्वारा साहिब दे विच सुशोभित किया जाएगा तो उस तो बाद जिहड़ी अगली कार्रवाई की जाएगी कैमरामैन संदीप दे नाल सुखचैन सिंह डेली पोस्ट पंजाबी अमृतसर।